ਤਰੀਕੇ ਦੇ ਡਾਕਟਰ ਅਦਨਾਨ ਗੋਲ ਸਾਹਿਬ ਨੂੰ, ਡਾਕਟਰ ਜ਼ਿਆਉਦੀਨ ਨੂੰ, ਇਸੇ ਤਰੀਕੇ ਦੇ ਇਜਾਜ਼ ਕੁਰੈਸ਼ੀ ਸਾਹਿਬ ਨੂੰ, ਇਸੇ ਤਰੀਕੇ ਸੇ ਰਾਈਟਰ ਨੂੰ ਡਾਕਟਰ ਜ਼ਹੂਰ ਅਮਾਨ ਸਾਹਿਬ ਨੂੰ ਸਾਨੇ ਰਿਕੁਐਸਟ ਕੀਤੀ ਕਿ ਸਾਡੇ ਨਾਲ ਸ਼ਾਮ, ਇਸੇ ਤਰੀਕੇ ਸਾਨੇ ਇਜਾਜ਼ ਰਹੀਮ ਸਾਹਿਬ ਨੂੰ, ਅਬਦੁੱਲਾ ਸਾਹਿਬ ਨੂੰ ਸਾਨੇ ਕੀਤਾ। ਤੇਲਾ ਸ਼ੁਕਰ ਹੈ ਪਿਸ਼ੋਰੀ ਨੇ, ਉਹ ਜਿਹੜਾ DNA ਸ਼ਾਮਿਲ ਹੈ ਉਸ ਤਰੀਕੇ ਦਾ ਸਾਨੇ ਕੰਮ ਕੀਤਾ ਅਤੇ ਸਾਨੇ 22 ਸਾਲ ਦੇ ਵਿੱਚ ਆਪਣੀ ਮੰਜ਼ਿਲ ਦੀ ਤਰਫ ਅਸੀਂ ਰਵਾਂ ਦਵਾਵਾਂ। ਸਾਡੀ ਮੰਜ਼ਿਲ ਅਜੇ ਦੂਰ ਹੈ, ਸਾਨੇ ਜਿਹੜਾ ਇੱਕ ਚੀਜ਼ ਹਾਸਲ ਕੀਤੀ ਹੈ, ਇਸ ਮੰਜ਼ਿਲ ਦਾ ਇੱਕ ਰਸਤਾ ਆ। 68 ਸਾਲਾਂ ਬਾਅਦ ਗੰਦਾਰਾ ਹਿੰਦਕੋ ਅਕੈਡਮੀ ਕਾਇਮ ਹੋਈ ਹੈ। ਇਹ ਅਕੈਡਮੀ ਸਾਨੇ ਇਹ ਵੀ ਕੀਆ ਕਿ ਅਸੀਂ ਪਿਸ਼ੋਰੀਆਂ, ਅਸੀਂ ਮੇਜ਼ਬਾਨ ਹਾਂ, ਅਸੀਂ ਉਸ ਖਿੱਤੇ ਅਸੀਂ ਤਾਲੁਕ ਰੱਖਦੇ ਹਾਂ ਜਿਹੜੀ 2 ਵੱਡੀਆਂ ਸਕਾਫਤਾਂ ਦੇ ਸੰਗਮ 'ਤੇ ਵਾਕਿਆ ਹੋਏ, ਇੱਕ ਸੈਂਟਰਲ ਏਸ਼ੀਆ ਦੀ ਤਹਿਜ਼ੀਬ, ਦੂਸਰਾ ਇੰਡੀਆ ਦੀ ਤਹਿਜ਼ੀਬ। ਇਹਨਾਂ ਦੋਨੋਂ ਤਹਿਜ਼ੀਬਾਂ ਦੇ ਦਰਮਿਆਨ ਅਸੀਂ ਬੈਠੇ ਹਾਂ, ਇਸ ਖਾਤਰ ਅਸੀਂ ਮੇਜ਼ਬਾਨ ਹਾਂ। ਸਾਡੇ ਅੰਦਰ ਮੇਜ਼ਬਾਨੀ ਦਾ ਜਿਹੜਾ ਇੱਕ ਚੀਜ਼ ਹੈ, ਵਸਫ ਹੈ, ਉਹ ਸਾਡੇ ਖੂਨ ਸ਼ਾਮਿਲ ਹੋਇਆ। ਇਸੀ ਖਾਤਰ ਅਸੀਂ ਵਜ਼ੀਰਿਸਤਾਨ ਦੇ ਲੋਕ ਵੀ ਅਗਰ ਪਰੇਸ਼ਾਨ ਹੁੰਦੇ ਨੇ ਤਾਂ ਅਸੀਂ ਉਹਨਾਂ ਨੂੰ ਆਪਣੇ ਸੀਨੇ ਨਾਲ ਲਗਾਉਂਦੇ ਹਾਂ। ਅਗਰ ਟਲ 'ਚ ਕੋਈ ਪਰੇਸ਼ਾਨ ਹੁੰਦਾ ਹੈ ਤਾਂ ਅਸੀਂ ਆਪਣੇ ਸੀਨੇ ਨਾਲ ਲਗਾਉਂਦੇ ਹਾਂ। ਅਗਰ ਸਵਾਦ 'ਚ ਕੋਈ ਪਰੇਸ਼ਾਨ ਹੁੰਦਾ ਅਸੀਂ ਆਪਣੇ ਸੀਨੇ ਨਾਲ ਲਗਾਉਂਦੇ ਹਾਂ। ਅਗਰ ਕੋਈ ਹੋਰ ਇਲਾਕੇ 'ਚ ਪਰੇਸ਼ਾਨੀ ਹੁੰਦੀ ਹੈ, ਸਾਨੇ ਕਦੀ ਵੀ ਕਿਸੇ ਦਰਵਾਜ਼ੇ ਬੰਦ ਨਹੀਂ ਕੀਤੇ। ਦਰਵਾਜ਼ੇ ਅਗਰ ਬਣਾਏ ਵੀ ਤਾਂ ਅੰਗਰੇਜ਼ ਨੇ ਬਣਾਏ, 16 ਦਰਵਾਜ਼ੇ ਅੰਗਰੇਜ਼ ਨੇ ਆਪਣੀ ਸਿਕਿਉਰਿਟੀ ਉਸੇ ਬਣਾਏ, ਪਿਸ਼ੋਰੀਆਂ ਨੇ ਦਰਵਾਜ਼ੇ ਨਹੀਂ ਬਣਾਏ। ਪਿਸ਼ੋਰੀਆਂ ਖੁੱਲ੍ਹੇ ਹੁੰਦੇ, ਪਿਸ਼ੋਰੀ ਦਾ ਦਲਾਨ ਖੁੱਲ੍ਹਾ ਹੁੰਦਾ ਆ, ਸਾਡੇ ਘਰ ਦੀ ਕੁੰਡੀ ਨਹੀਂ ਲੱਗਦੀ ਹੁੰਦੀ, ਸਾਡਾ ਘਰ ਖੁੱਲ੍ਹਾ ਹੁੰਦਾ ਹੈ। ਜਿਹੜਾ ਆ ਜਾਂਦਾ ਇਹੀ ਹਾਲ ਸਾਡੇ ਪਿਸ਼ੋਰੀਆਂ ਦਾ ਹੁੰਦਾ ਆ। ਸਾਰੇ ਪਿਸ਼ੋਰੀਆਂ ਦਾ ਘਰ ਖੁੱਲ੍ਹੇ ਹੁੰਦੇ, ਕੋਈ ਦਰਵਾਜ਼ਾ ਲੱਗਦਾ ਹੀ ਨਹੀਂ ਆ, ਰਾਤ ਨੂੰ ਵੀ ਦਰਵਾਜ਼ਾ ਖੁੱਲ੍ਹਾ ਹੁੰਦਾ ਆ, ਕਿਉਂਕਿ ਅਸੀਂ ਮੇਜ਼ਬਾਨ ਹਾਂ, ਅਸੀਂ ਅਮਨ ਦੇ ਸ਼ਦਾਈ ਹਾਂ, ਸਾਨੇ ਹਰ ਇੱਕ ਨੂੰ ਕਬੂਲ ਕੀਤਾ। ਇਸੇ ਖਾਤਰ ਗੰਦਾਰਾ ਹਿੰਦਕੋ ਬੋਰਡ ਨੇ ਜਦੋਂ ਹਿੰਦਕੋ ਦੀ ਗੱਲ ਕੀਤੀ ਹੈ, ਸਾਨੇ ਕਿਹਾ ਖੈਬਰ ਪਖਤੂਨਖਵਾ ਦੀ ਸਾਨੂੰ ਜ਼ਬਾਨਾਂ ਸਾਨੂੰ ਜ਼ਬਾਨਾਂ ਹੋਣ, ਪਸ਼ਤੋ ਵੀ ਮੇਰੀ ਹੈ, ਪੰਜਾਬੀ ਵੀ ਮੇਰੀ ਹੈ, ਬੋਲੀ ਵੀ ਮੇਰੀ ਹੈ, ਬੜਾ ਗਰੁੱਪ ਵੀ ਮੇਰੀ ਹੈ, ਕਿਸੇ ਨਾ ਕਰੋ, ਹਰ ਇੱਕ ਦਾ ਖਿਆਲ ਰੱਖੋ। ਪਾਕਿਸਤਾਨੀਆਂ ਸਾਡੀ ਪਛਾਣ ਹੈ, ਉਰਦੂ ਵੀ ਸਾਡੀ ਪਛਾਣ ਹੈ, ਸਾਨੂੰ ਉਰਦੂ ਨਹੀਂ ਕੀਤੀ, ਇਸ ਮਤਲਬ ਕਿ ਉਰਦੂ ਸਾਡੀ ਧੀ ਰਾਣੀ ਹੈ, ਮੇਰੀ ਜ਼ੁਬਾਨ 'ਚੋਂ ਨਿਕਲੀ ਹੋਈ ਹੈ, ਪੰਜਾਬੀ 'ਚੋਂ ਨਿਕਲੀ ਹੋਈ ਹੈ, ਸਰਾਇਕੀ 'ਚੋਂ ਨਿਕਲੀ ਹੋਈ ਹੈ, ਗੋਜਰੀ 'ਚੋਂ ਨਿਕਲੀ ਹੋਈ ਹੈ, ਸਿੰਧੀ 'ਚੋਂ ਨਿਕਲੀ ਹੋਈ ਹੈ, ਇਹ ਸਾਰੀ ਜ਼ੁਬਾਨਾਂ ਦੀ ਧੀ ਰਾਣੀ ਹੈ। ਅਸੀਂ ਧੀ ਰਾਣੀਆਂ ਨਫ਼ਰਤ ਨਹੀਂ ਕਰਨਾ। ਜਿਹੜੇ ਲੋਕ ਬੜਾ ਦਿਲ ਰੱਖਦੇ ਨੇ, ਜਿਹਨਾਂ ਨੂੰ ਪਤਾ ਹੈ ਕਿ ਸਾਨੇ ਆਪ ਜਾਣਾ ਕਿੱਥੇ ਵੇ, ਇਹ ਪਾਕਿਸਤਾਨ ਇੱਕ ਐਸੀ ਮੁਮਲਿਕਤ ਹੈ ਜਿਹੜੀ ਅੱਲਾਹ ਤਾਲਾ ਨੇ ਰਮਜ਼ਾਨ ਦੇ ਮੁਬਾਰਕ ਮਹੀਨੇ 'ਚ ਕਿਉਂ ਦਿੱਤੀ ਆਈ, ਇਸ ਖਾਤਰ ਦਿੱਤੀ ਆਈ ਕਿ ਅੱਲਾਹ ਤਾਲਾ ਨੂੰ ਪਤਾ ਹੋਵੇ ਕਿ ਇਹ ਉਸ ਸੰਗਮ 'ਤੇ ਵਾਕਿਆ ਹੋਣ ਜਿੱਥੇ ਤਹਿਜ਼ੀਬਾਂ ਦਾ ਟਕਰਾਓ ਸੀ। ਉਹ ਤਹਿਜ਼ੀਬਾਂ ਦਾ ਟਕਰਾਓ ਗੁਜ਼ਸ਼ਤਾ 30-40 ਸਾਲ ਸੀ ਜਾਰੀ ਹੈ, ਅਸੀਂ ਉੱਥੇ ਬੈਠੇ ਹਾਂ। ਸਾਡੇ ਪਿਓ ਦਾਦੇ ਦੇ ਦਿੱਤੇ ਹੋਏ ਤਰਬੀਅਤ ਨੇ ਸਾਨੂੰ ਇਸ ਕਾਬਲ ਕੀਤਾ ਕਿ ਅਸੀਂ ਕਿਸੇ ਨਾਲ ਲੜੇ ਨਹੀਂ ਗਿਆ, ਸਾਨੇ ਕੋਈ ਸਮਗਲਿੰਗ ਨਹੀਂ ਕੀਤੀ, ਸਾਨੇ ਬੰਬ ਨਹੀਂ ਫਾੜੇ, ਸਾਨੇ ਬੰਬ ਖਾਧੇ ਨੇ, ਸਾਡੇ ਬੱਚੇ ਨੇ ਬੰਬ ਖਾਧੇ ਨੇ। ਮੇਰੀ ਭੈਣ ਬੈਠੀ ਹੈ ਮੇਰੇ ਸੱਜੇ ਹੱਥ 'ਤੇ, APS ਦੇ ਸ਼ਹੀਦ ਬੱਚੇ ਨੇ ਆਪਣੇ ਗੱਲੇ ਕਟਾਏ, ਖੂਨ ਆਪਣਾ ਕੱਪੜਿਆਂ ਦਾ ਆਪਣਾ ਰੰਗਾ ਨੇ ਯੂਨੀਫਾਰਮ ਦੇ ਨਾਲ। ਇਹੀ ਪਿਸ਼ੋਰੀ ਆਪਣੇ DNA ਸਾਬਤ ਉਹਨਾਂ ਨੇ ਕੀਤਾ, ਰੋਡ 'ਤੇ ਨਹੀਂ ਆਏ, ਇਤਜਾਜ ਨਹੀਂ ਕੀਤਾ ਨੇ ਆਪਣੇ ਬੱਚਿਆਂ ਦੇ ਸਿਰਾਂ ਦੀ ਕੁਰਬਾਨੀ ਦੇ ਕੇ। ਲੇਕਿਨ ਇਹਨਾਂ ਨੂੰ ਪਤਾ ਕਿ ਇਹਨਾਂ ਦੀ ਕੁਰਬਾਨੀ ਸਿਆਸਤਦਾਨ ਇੱਕ ਹੋ ਗਏ, ਇਹ ਪਿਸ਼ੋਰੀ ਖੂਨ ਦੇ ਵਿੱਚ ਅਸਰ ਹੈ। ਪਿਸ਼ੋਰੀ ਖੂਨ ਜਦੋਂ 1930 ਦੇ ਵਿੱਚ ਡੱਠਾ ਕਿਸਾ ਖਾਨੀ ਦੀ ਗੋਲੀ ਦੇ ਨਾਲ, 1923 ਅਪ੍ਰੈਲ 1930 ਦੀ ਗੋਲੀ ਦੇ ਨਾਲ ਜਦੋਂ ਪਿਸ਼ੋਰੀਆਂ ਦਾ ਖੂਨ ਡੱਠਾ, ਤਾਂ ਇਸ ਪਿਸ਼ੋਰੀਆਂ ਦੇ ਖੂਨ ਨੂੰ, ਇਸ ਪਿਸ਼ੋਰੀਆਂ ਦੇ ਖੂਨ ਨੂੰ ਹਜ਼ਰਤ ਅਲਾਮਾ ਇਕਬਾਲ ਨੂੰ ਅਹਿਸਾਸ ਦਿਲਾਇਆ ਅਲਾਬਾਦ ਦੇ ਐਡਰੈਸ ਦੇ ਵਿੱਚ, ਵਾਕਿਆ 23 ਅਪ੍ਰੈਲ 1930 ਦਾ ਵੇ, ਅਲਾਬਾਦ ਦਾ ਐਡਰੈਸ ਹੁੰਦਾ ਵੇ 1 ਦਸੰਬਰ 1930 ਦੇ ਵਿੱਚ, ਅਲਾਮਾ ਇਕਬਾਲ ਨੇ ਇਸੀ ਖੂਨ ਸੀ ਜਦੋਂ ਲਿਖਦੀ ਹੈ ਖੁਸ਼ਬੋ ਲਿਖਦੀ ਹੈ ਅਸਰ ਲਿਤਾ ਹੋਇਆ, ਤਾਂ ਉਹਨਾਂ ਨੇ ਕਿਹਾ ਕਿ ਮੈਨੂੰ ਨਜ਼ਰ ਆਉਂਦਾ ਪਿਆ ਹੈ ਕਿ ਸ਼ਮਾਲੀ ਹਿੰਦ ਦੇ ਵਿੱਚ ਇੱਕ ਆਜ਼ਾਦ ਮੁਲਕ ਹੋਣਾ ਚਾਹੀਦਾ ਹੈ ਜਿਹੜਾ ਮੁਸਲਮਾਨਾਂ ਦਾ ਮੁਲਕ ਹੋਣਾ ਚਾਹੀਦਾ। ਇਹ ਚੀਜ਼ ਸਾਡੇ ਪਿਛੋੜੀਆਂ ਦੇ ਖੂਨ ਨੇ, ਮੈਂ ਫਖਰ ਕਰਨਾ ਹਾਂ, ਮੈਂ ਉਹਨਾਂ ਬੱਚਿਆਂ ਦੇ ਖੂਨ 'ਤੇ ਫਖਰ ਕਰਨਾ ਹਾਂ, ਇਸ ਚੀਜ਼ 'ਤੇ ਫਖਰ ਕਰਨਾ ਕਿ ਠੀਕ ਹੈ ਮੇਰੇ ਬੱਚੇ ਅੱਲਾਹ ਕੋਲ ਚਲੇ ਗਏ, ਮੇਰੀ ਮਾਂ ਦਾ ਪਿਆਰਾ ਬੱਚਾ ਅੱਲਾਹ ਕੋਲ ਚਲਾ ਗਿਆ। ਲੇਕਿਨ ਇਸ ਮਾਂ ਨੂੰ ਪਤਾ ਹੋਵੇ ਕਿ ਇਸ ਖੂਨ ਦੀ ਬਦੌਲਤ ਪਾਕਿਸਤਾਨ ਯਕਜਾ ਹੋ ਗਿਆ, ਪਾਕਿਸਤਾਨ ਟੁਕੜੇ ਸੇ ਬਚ ਗਿਆ, ਪਾਕਿਸਤਾਨ ਟੁਕੜੇ ਟੁਕੜੇ ਹੋਣੇ ਸੇ ਬਚ ਗਿਆ। 1930 ਦੇ
میرے کسے خانی دے شہیدہ نے علامہ اقبال نے احساس دلایا اسی احساس دی بدولت 1940 دس سال بعد اللہ مقام لاہور دے مقام تے ایڈریس ہویا کہ جی انہاں علاقیاں نوں متحد کر کے پاکستان بڑھاؤ جتے مسلمان اکثریت چن اے چیز اسی اس چیز تے فخر کرنے ہاں اسی میزبان ہاں اسی کھلے دل بنے ہاں اسی رائٹ سائڈ تے جڑا ساڈا ونگ ہے ڈی خان دا ونگ ہے اسی انہاں دے بھی میزبان ہاں ساڈا دوسرے پاسے جڑا ونگ ہے ہزارہ ونگ ہے اسی اس دے میزبان ہاں اسی اس دی بھی قدر کرنے ہاں وہ بھی ساڈے بھرا یہ بھی ساڈے بھرا اسی پاکستانیاں دی حمایت کرنے ہاں کیونکہ اسی ساڈا وجود پاکستان نال وابستہ ہے اگر خدا نہ خواستہ پاکستان ٹوٹ جاندا ہے تے ساڈے سجے ہاتھ تے بھی تے ساڈے کھبے ہاتھ تے بھی ایک صرف سمندر رہندا ہے باقی دشمنی پھر دشمنیاں بن جاندیاں ہیں اسی خاطر سانے اس علاقے نوں بھی جڑا لینڈ لاٹ کنٹری آ جس دے وچ تجارت نہیں ہوندی جس دے وچ کوئی بحری جہاز نہیں آندا ہے سانے اس نوں بھی رستہ دیتا ہے سانے پھر سمگلنگ بھی لیتی ہے لیکن سانے انہاں نوں رستہ نہیں روکا سانے کہ ٹھیک ہے جی افغانستان تسی ساڈے پلاؤ اسی تہانوں رستہ دے رہے ہاں سانے بارٹر ٹریڈ سانے اپنا معاہدہ کیتا کہ جی کہ تسی وہ تسی سامان آسی تہانوں کسی بھجوا دسی اس سامان نوں سانے سمگلنگ دا بھی سانے برداشت کیتا سانے پشوریاں نے ڈیم دی مخالفت نہیں کیتی ساڈے پشوریاں دے کار ہوندے دور ہوندی دور ہوندی اس دے تلے ایک دور اس تے ہوندی وہ ساڈے پشوریاں دے جتنے بھی دور آئیاں ساریاں بند ہو گئیاں کیوں ورسک ڈیم جس ٹائم بنا ہے تو ورسک ڈیم دا پانی اس ٹائم جمع ہویا ہے تو ایسا سا سیم ہوندے ہوندے ساڈے پشوریاں دے کار وچ آیا سانے کیونکہ اسی بین الاقوامیت دے قائل ہاں اسی سب دے حوالے نال اسی چاہنے ہاں کہ لوکاں دا جس وچ فائدہ ہوئے اسی اس چیز دا فائدہ چاہنے ہاں سانوں تھوڑا نقصان بھی ہوندا ہے اسی وہ نقصان برداشت کر لینے ہاں سانے ورسک ڈیم دی مخالفت نہیں کیتی ورسک ڈیم بنا جس دی بجلی بن دی پئی ہے ہن بھی تسی دیکھو کئی ڈیموں کی مخالفت ہوتی ہے کہ جی سارے گھر تباہ ہو جائے سن پشوریاں نے اپنے گھر کی دوران جی ساری ہوئی جڑے سارے تخانے آئے دور تخانے آئے مجھے یاد ہے میرے ماسوڑ کا گھر ہوتا ہے ایک تخانہ تخانے تلے تخانہ اسے تلے تخانہ تر تخانے ہوں سارے ان کے پانی بھرے گئے تخانے سارے بند ہو گئے لیکن سارے دل جدا ہو سانو والا نے رستے دیتے ہیں پشوریاں کے اتنے اگر نوکریاں بند انہوں نے نوکریاں دروازے دیتے ہیں سائنیں نہیں کھلتے انہوں کے اتنے چونکہ انہوں کو ڈومسائل نہیں گا انہوں کو ڈومسائل پشور دے انہوں کو ڈومسائل کسی اور علاقے کا نہیں گا اس خاطر اس ٹائم پشوری جانا ہے نوکری لینے سے جانا ہے تو انہوں کہتے ہیں نہ تیرا ڈومسائل یہ نہیں گا وہ ہونا چاہیے لیکن پشوری نے پھر بھی اس طرح رستہ کٹا ہے پشوری نے اپنی قابلیت اپنا ٹیکنیکل مائنڈ کے جی چیزیں آئی ہیں دوسرے بندے نے مجبور کیا ہے کہ اس کو رکھنے میں مجبور ہوا دریا ایک ڈکشنری چھپی ہے کلندر خان کلندر محمد کلندر خان کلندر انہوں کا بڑا آیا اس ڈکشنری مرتب کرنے واسطے فیصلہ کیا کہ جی ایک امجد جتنے شاید بیٹھے ہوئے ہوں امجد نے کیا کہ تھی اس ڈکشنری مرتب کر لوگوں نے مخالفت کی تھی تاکہ خارے دے اس نے کیا تھی من اس طرح کا خارے لیا تو مینوں ہٹا دینا انہوں نے تلاش کے باوجود بھی وہ بندہ اس قابلیت نہیں مل سکا اس خاطر امجد اتنے رہی آخر تک اس نے اور ڈکشنری دریاب ڈکشنری پشتو دی مرتب اس نے کی دی ہے اس خاطر کہ پشوری کے اندر جڑی اللہ تعالیٰ نے قابلیت رکھی ہے کیونکہ رب العالمین سب دا رب ہے اگر کتنے رستے بند ہوں تو اللہ نے پھر ان کوئی اور رستہ بھی دیتا ہے وہ رستے نے استعمال کر کے اللہ تعالیٰ رستے دیتا ہے میں اپنی مثال اس خاطر کتانا پہ لیکن یاد آ گئی ہے میں جو دو پی سی ایس دا امتحان دیتا ہے میں نے پہلی اٹمپٹ کلیئر کر چڑھا جس ٹائم زون وائز لوکیشن ہوئی ہے تو میں چونکہ زون سے بلانگ کرنا ہے میرے انٹرویو دے ٹائم تو اس نے منہ کٹ سے کٹ نمبر دیتے ہیں میری لوکیشن سے رہ گیا لیکن میں اپنی مثال دینے سے میں معذرت چاہتا ہوں بہت شرمندہ بھی ہے لیکن دینے سے مجبور ہوں لیکن اسی مہینے آل پاکستان ایک پوسٹ دا اعلان ہوتا ہے اسسٹنٹ ڈائریکٹر اس نے میں نے اپلائی کیا ہے پورے پاکستان جو مقابلہ ہویا ہے اس مقابلے میں اللہ تعالیٰ نے منہ سلیکٹ کیا ہے وہ چیز جتنے میں پی سی ایس کے امتحان منہ نہیں آ کے جانے دیتا گیا لیکن اللہ رب العالمین نے اللہ نے کیا دوسرا رستہ ہے اللہ نے جس پوسٹ میں موجود ہاں سرکاری اس تے یہی پوسٹ ہے جس نے میں ترقی کردہ کر دیتے پہنچا ہوا کہ اللہ تعالیٰ کا فضل میرے دیتے یہی چیز میں کیا ہے میں تو سانے کندھارا کا کام کیا ہے ساڑھے بعض ادیب شاعر سارے نے اختلاف بھی کرتے ان بھی اختلاف کرتے میں نے انہوں نے کیا بس یہ کام نام سے نہیں کرنے پائے نہ زیادہ شاعر ہے نہ ادیب ہے کوئی کاشک ہے ان کو دا میری بیوی اس نے موجود نہیں کی
ਜੋ ਕਿ ਬੱਚਿਆਂ ਦੇ ਇਮਤਿਹਾਨ ਪਏ ਹੁੰਦੇ ਨੇ, ਮੇਰੀ ਬੀਵੀ ਕਹਿੰਦੀ ਤੁਸੀਂ ਰਾਤ ਦਿਨ ਇਕੱਠੇ ਹੋ ਕਰਦੇ ਪਏ ਹੋ, ਮੈਂ ਉਸਨੂੰ ਇੱਕ ਗੱਲ ਕਰਨਾ ਵਾ, ਮੈਨੇ ਕਿ ਮੇਰੀ ਮਹਿਬੂਬਾ ਵੇ, ਇਨਕੋ ਮੇਰੀ ਮਹਿਬੂਬਾ ਵੇ, ਤੂੰ ਉਹਨੂੰ ਪਤਾ ਕਿ ਮਹਿਬੂਬਾ ਤੁਸੀਂ ਮੈਂ ਕਿਸਾਂ ਛੋੜ ਦਿਆਂ, ਕਿਉਂਕਿ ਇਹ ਮੇਰੀ ਮਹਿਬੂਬਾ ਉਸ ਟਾਈਮ ਦੀ ਹੈ ਜਦੋਂ ਤੂੰ ਮੇਰੀ ਜ਼ਿੰਦਗੀ 'ਚ ਆਈ ਨਹੀਂ ਆਈ ਹੈ, ਇਹ ਤਾਂ ਪੁਰਾਣੀ ਹੈ, ਤੈਨੇ ਉਸਨੂੰ ਕਬੂਲ ਕਰਨਾ ਹੈ। ਇਸ ਤਰ੍ਹਾਂ ਸਮਝ ਕਿ ਜਿਸ ਤਰ੍ਹਾਂ ਤੂੰ ਸਮਝਿਆ ਕਿ ਤੇਰੀ ਦੇਖੋ ਸਫ਼ਰ ਜਾਰੀ ਹੈ ਜੀ, ਸਫ਼ਰ ਜਾਰੀ ਹੈ। ਮੈਂ ਹੁਣ ਆਉਣਾ ਵਾਂ ਕਿਉਂਕਿ ਗਵਰਨਰ ਸਾਹਿਬ ਆਉਂਦਾ, ਫਿਰ ਮੈਂ ਥੋੜ੍ਹੀ ਜਿਹੀ ਗੁਫ਼ਤਗੂ ਹੋਰ ਕਰ ਲੈਣਾ। ਸਫ਼ਰ ਜਾਰੀ ਇਸ ਤਰ੍ਹਾਂ ਵੇ ਕਿ ਜਦੋਂ ਸਾਨੇ ਹਿੰਦਕੋ ਅਕੈਡਮੀ ਦੀ ਗੱਲ ਕੀਤੀ ਹੈ, ਮੁਖਾਲਫਤ ਹੋਈ ਹੈ, ਸਾਡਾ ਇਹ ਜਿਹੜਾ ਪ੍ਰੋਜੈਕਟ ਹੈ ADP ਸ਼ਾਮਿਲ ਹੀ ਨਹੀਂ ਹੁੰਦਾ। 2 ਸਾਲ ਤੱਕ ਅਸੀਂ ਰਗੜਦੇ ਰਹੇ ਆਪ ਨੂੰ, ਇੱਕ ਕੋਲ ਜਾ ਦੂਸਰੇ ਦੀ ਮਿੰਨਤਾਂ ਕੀਤੀਆਂ, ਆਖਰਕਾਰ ਸਾਡਾ ਇਹ ਮਨਸੂਬਾ ADP ਸ਼ਾਮਿਲ ਹੋਇਆ। ADP ਸ਼ਾਮਿਲ ਹੋਣੇ ਦੇ ਬਾਅਦ ਫਿਰ ਵੀ ਮੁਖਤਲਿਫ ਜਿਹੜੀ ਟੈਕਨੀਕੈਲਿਟੀਜ਼ ਦੇ ਵਿੱਚ ਪਾ ਕੇ ਸਾਡੇ ਇਸ ਪ੍ਰੋਜੈਕਟ ਨੂੰ ਵੱਧ ਡਿਲੇ ਕਰਦੇ, 6 ਮਹੀਨੇ ਤੱਕ ਸਾਨੂੰ ਪੈਸਾ ਨਹੀਂ ਮਿਲਾ। 6 ਮਹੀਨੇ ਯਾਨੀ ਜੂਨ ਵਿੱਚ ਐਲਾਨ ਹੋਇਆ, ਸਾਨੂੰ ਪੈਸਾ ਨਹੀਂ ਮਿਲਾ, ਪ੍ਰੋਜੈਕਟ ਅਪਰੂਵ ਹੀ ਨਹੀਂ ਹੁੰਦਾ। ਹੁੰਦਾ ਨਾ PC1 ਅਤੇ GC1 ਅਤੇ CC1 ਤੋਂ ਜਿਹੜੀ ਟੈਕਨੀਕੈਲਿਟੀਜ਼ ਹੁੰਦੀਆਂ, ਲੇਕਿਨ ਮੈਂ ਲਗਾ ਰਹੀ ਮੈਂ ਬੂਬਾ ਹੀ ਲਗਾ ਰਹੀ ਰਾਤ ਵੀ ਅਤੇ ਦਿਨ ਵੀ, ਇੱਕ ਨੂੰ ਵੀ ਅਤੇ ਦੂਸਰੇ ਨੂੰ ਵੀ, ਅਦਾਰੇ ਵੀ ਰਾਬਤਾ ਕੀਤਾ ਹੈ, ਬਿਸ਼ੋਰ ਵੀ ਰਾਬਤਾ ਕੀਤਾ ਹੈ, ਸਿਆਸਤਦਾਨਾਂ ਨਾਲ ਵੀ ਰਾਬਤਾ ਕੀਤਾ ਹੈ, ਅਤੇ ਬਿਊਰੋਕਰੇਟ ਨਾਲ ਵੀ ਰਾਬਤਾ ਕੀਤਾ ਹੈ। ਆਖਰਕਾਰ ADP ਸ਼ਾਮਿਲ ਹੋਇਆ। ADP ਸ਼ਾਮਿਲ ਹੋਣੇ ਦੇ ਬਾਅਦ ਸਾਡੇ ਜਾਂਚ ਕਮਿਸ਼ਨ ਸਾਹਿਬ ਦਾ ਵਿਜ਼ਨ ਆਇਆ, ਉਹਨਾਂ ਨੇ ਕਿ ਇਸਨੂੰ ਪਬਲਿਕ ਸੈਕਟਰ ਦੀ ਅਸੀਂ ਇਸਨੂੰ ਅਕੈਡਮੀ ਨਾ ਬਣਾ ਸੀ, ਅਸੀਂ ਇਸਨੂੰ ਪ੍ਰਾਈਵੇਟ ਜਾਂ ਪ੍ਰੋਜੈਕਟ ਦੇ ਤੌਰ 'ਤੇ ਲੈ ਸੀ। ਇਹ ਉਹਨਾਂ ਦਾ ਵਿਜ਼ਨ ਹੈ, ਸਾਡੇ ਮਤਲਬ ਸਾਨੂੰ ਅੱਲਾਹ ਤਾਲਾ ਨੇ ਸਾਰਾ ਨਵਾ ਦਿੱਤਾ। ਉਹਨਾਂ ਨੇ ਕਿ ਅਸੀਂ ਪ੍ਰੋਜੈਕਟ ਲੈ ਸੀ ਅਤੇ ਗੰਦਾਰਾ ਇਨਕੋ ਬੋਰਡ ਇਸਨੂੰ ਚਲਾ ਸੀ। ਫੈਸਲਾ ਆਖਰਕਾਰ ਇਹ ਹੋਇਆ ਕਿ ਇਸ ਨੂੰ ਹਾਇਰ ਐਜੂਕੇਸ਼ਨ ਡਿਪਾਰਟਮੈਂਟ ਨਹੀਂ ਬਲਕਿ ਇਸਨੂੰ ਗੰਦਾਰਾ ਇਨਕੋ ਬੋਰਡ ਇਸਨੂੰ ਐਗਜੀਕਿਊਟ ਕਰ ਸੀ। ਜਦੋਂ ਸਾਨੂੰ ਗੰਦਾਰਾ ਇਨਕੋ ਬੋਰਡ ਨੂੰ ਜ਼ਿੰਮੇਵਾਰੀ ਮਿਲੀਆਂ, ਸਭ ਮੇਰੀ ਮਜਲਿਸ ਆਮਨਾ ਨੇ ਸਾਡੀ ਫੈਸਲਾ ਕੀਤਾ, ਮੈਂ ਮਦਦ ਵੀ ਕੀਤੀ, ਮੈਨੂੰ ਕਹਿੰਦੇ ਨਾ ਤੂੰ ਇਸਨੂੰ ਚਲਾ ਸੇ, ਤੂੰ ਇਸਨੂੰ ਕਰ ਸੇ, ਇਸ ਐਗਜੀਬਿਊਸ਼ਨ ਦੀ ਜ਼ਿੰਮੇਵਾਰੀ ਮੇਰੇ ਕੋਲ। ਗੰਦਾਰਾ ਇਨਕੋ ਅਕੈਡਮੀ ਤੁਸੀਂ ਵਿਜ਼ਿਟ ਕਰ ਸਕੋ, ਜਿਨ੍ਹਾਂ ਨੇ ਵਿਜ਼ਿਟ ਨਹੀਂ ਕੀਤਾ। ਇਸ ਟਾਈਮ 4.5 ਕਨਾਲ ਦੇ ਮੁਸ਼ਤਮਿਲ ਬਿਲਡਿੰਗ ਹੈ, ਸਾਡੀ ਅਕੈਡਮੀ ਬਣਾਈ ਹੈ। ਸਾਡੇ ਇਸ ਅਕੈਡਮੀ ਦੇ ਵਿੱਚ ਇਸ ਵਕਤ ਮੈਂ ਦਾਅਵੇ ਨਾਲ ਕਹਿਣਾ ਨੇ ਕਿ ਜਿਹੜਾ ਕੰਮ ਪਿਆ ਹੁੰਦਾ ਅਤੇ ਜਿਹੜੀ ਸਹੂਲਤਾਂ ਮਿਲਦੀਆਂ ਪਾਕਿਸਤਾਨ ਦੀ ਕਿਸੇ ਪਬਲਿਕ ਯੂਨੀਵਰਸਿਟੀ ਪਬਲਿਕ ਅਕੈਡਮੀ 'ਚ ਨਾ ਹੋਈ ਨਹੀਂ ਗਈਆਂ। ਇੱਕ ਤੁਹਾਨੂੰ ਮੈਂ ਮਿਸਾਲ ਦੇਣਾ ਕਿ ਇਸ ਟਾਈਮ ਸਾਡੇ ਅਕੈਡਮੀ ਦੇ ਵਿੱਚ ਸਿਕਿਉਰਿਟੀ ਕੈਮਰੇਜ਼ ਵੀ ਲੱਗੇ ਹੋਏ ਨੇ, ਇੰਟਰਨੈਟ ਵੀ ਹਰ ਕਮਰੇ 'ਚ ਮੌਜੂਦ ਹੈ, ਜਿਹੜੇ ਸਾਰੇ ਲੋਕ ਲਿੱਤੇ ਉਹ ਵੀ ਸਾਰੇ ਬਕਾਇਦਾ ਐਡਵਰਟਾਈਜ਼ ਕਰਕੇ ਪੂਰੇ ਪ੍ਰੋਸੀਜਰ ਦੇ ਮੁਤਾਬਿਕ ਸਾਰੇ ਲਿੱਤੇ ਹਨ। ਉਸ ਤੋਂ ਬਾਅਦ ਜਿੰਨਾ ਸਾਡਾ ਕੰਮ ਹੁੰਦਾ ਪਿਆ, ਅਸੀਂ ਘੱਟ ਸੀ ਘੱਟ ਪੈਸਿਆਂ ਦੇ ਵਿੱਚ ਕੰਮ ਕਰ ਰਹੇ ਹਾਂ। ਸਾਡੀ ਇਸ ਟਾਈਮ ਲਾਇਬ੍ਰੇਰੀ ਬਣੀ ਨੇ, ਗੰਦਾਰਾ ਅਕੈਡਮੀ ਦੀ ਲਾਇਬ੍ਰੇਰੀ, ਉਸ ਲਾਇਬ੍ਰੇਰੀ ਦੇ ਵਿੱਚ ਤਕਰੀਬਨ ਜਿੰਨੇ ਵੀ ਇਸ ਟਾਈਮ ਉਹ ਸ਼ੈਲਫ ਮੌਜੂਦ ਹਨ, ਉਹ ਸਭ ਕੁਝ ਕਿਤਾਬਾਂ ਭਰੀ ਗਈਆਂ। ਹੁਣ ਬੜੇ ਦਿਮਾਗ ਸਵਾਲ ਕਰ ਸਕਾਂ ਕਿ ਜੀ ਉਸ 'ਤੇ ਕਿੰਨੇ ਪੈਸੇ ਖਰਚ ਹੋਏ ਸੀ ਉਸ ਲਾਇਬ੍ਰੇਰੀ ਨੂੰ ਬਣਾਉਣ ਦੇ ਜਾਂ ਕਿਤਾਬਾਂ ਨੂੰ ਇਕੱਠਾ ਕਰਨ ਦੇ ਵਿੱਚ, ਕਿਉਂਕਿ ਅਸੀਂ 1000 ਰੁਪਏ, ਅਸੀਂ 1 ਲੱਖ ਰੁਪਏ, ਅਸੀਂ 2 ਲੱਖ ਰੁਪਏ, ਅਸੀਂ 10 ਲੱਖ, 1 ਰੁਪਇਆ ਵੀ ਖਰਚ ਹੋਇਆ, 1 ਰੁਪਏ ਤੁਸੀਂ ਕਹਿ ਸਕੋ ਕਿਸ ਤਰ੍ਹਾਂ? ਸਾਰੇ ਲੋਕਾਂ ਨੂੰ ਦਰਖਾਸਤ ਕੀਤੀ ਹੈ ਕਿ ਤੁਹਾਡੇ ਕੋਲ ਜਿਹੜੀਆਂ ਕਿਤਾਬਾਂ ਪਈਆਂ ਤੁਸੀਂ ਸਾਨੂੰ ਵਲੰਟੀਅਰ ਦਿਓ, ਵਲੰਟੀਅਰ ਬੇਸਿਸ ਸਾਨੂੰ ਲੋਕਾਂ ਨੇ ਕਿਤਾਬਾਂ ਦਿੱਤੀਆਂ, ਕਿਸੇ ਨੇ 10, ਕਿਸੇ ਨੇ 50, ਕਿਸੇ ਨੇ 100, ਕਿਸੇ ਨੇ 2, ਕਿਸੇ